ਵੱਜੀ ਕਿਸੇ ਦੇ ਵਿੱਚ ਨੀ, ਸਿਰਫ ਇਹਨਾਂ ਦੀ ਗੱਡੀ ਥੱਲੇ ਆ ਰਹੀ ਸੀਗੀ, ਜਿਹਦੇ ਕਰਕੇ ਇਹਨਾਂ ਨੇ ਸਾਡੀ ਗੱਡੀ ਰੁਕਾਈ ਇੱਥੇ ਆ ਕੇ, ਜਿਹਦੇ ਕਰਕੇ ਕਹਿੰਦੇ ਤੁਹਾਡੇ ਤੇ ਪਰਚਾ ਆਊਗਾ, ਗੱਡੀ ਲੱਗੀ ਨੀ ਜਮਾ, ਨਾ ਟੱਕਰ ਹੋਈ ਕਿਸੇ ਦੀ, ਸਿਰਫ ਦੋਵਾਂ ਦਾ ਬਚਾਅ ਆ। ਇੱਥੇ ਅਸੀਂ ਖੜੇ ਲਾਡੋਵਾਲ ਜਮਾ, ਅਸੀਂ ਕੀਤਾ ਹੋਇਆ, ਪਰ ਇਹਨਾਂ ਦੀ ਗਲਤੀ ਕਰਕੇ ਇਹਨਾਂ ਨੇ ਗੱਡੀਆਂ ਲਵਾਈਆਂ, ਥਾਣੇ ਕੰਪਲੇਂਟ ਹੋਈ ਵੀ ਆ, ਇਹ ਫਿਰ ਵੀ ਇਹ ਕਹਿੰਦੇ ਆ ਵੀ ਤੁਸੀਂ ਗੱਡੀ ਲਓ, ਕੋਈ ਗੱਲ ਨੀ, ਜਿਹੜੀ ਗੱਲ ਇਹ ਸਾਡੇ ਨਾਲ ਧੱਕਾ ਕਰ ਰਹੇ ਆ, ਸ਼ਰੇਆ ਹੱਥੋਂ ਪਾਈ ਕੋਈ ਨੀ ਹੋਈ, ਹੱਥੋਂ ਪਾਈ ਨੀ ਕੋਈ, ਇਹ ਪ੍ਰੈਸ ਰਿਪੋਰਟਰ ਵਾਲੇ ਆ, ਪ੍ਰੈਸ ਰਿਪੋਰਟਰ ਵਾਲੇ ਅੰਦਰ ਸਵਾਰੀਆਂ ਦੀ ਗਵਾਹੀ ਲਓ। ਕਿੰਨੇ ਖੱਜਲ, ਬਿਲਕੁਲ ਗਲਤ ਹੈ, ਬਹੁਤ ਖੱਜਲ ਹੋ ਰਿਹਾ। ਮੈਂ 15 ਮਿੰਟਾਂ 'ਚ ਲੁਧਿਆਣੇ ਪਹੁੰਚਣਾ ਹੈ, ਇੱਥੇ ਬੱਸ ਲਾ ਕੇ ਖੜ ਗਏ ਯਾਰ, ਆਪਣਾ ਟਾਈਮ ਖਰਾਬ ਹੋ ਰਿਹਾ, ਐਮਰਜੈਂਸੀ ਹੈ, ਮੇਰੇ ਮਦਰ ਹਸਪੀਟਲ 'ਚ ਨੇ, 40 'ਚ ਨੇ, ਮੈਂ ਉੱਥੇ ਜਾਣਾ ਵਾ, ਅਤੇ ਇੱਥੇ ਖੜ ਗਏ, ਹੁਣ ਕੀ ਕਰੀਏ। ਲੜਾਈ ਕੋਈ ਛੋਟਾ ਜਿਹਾ ਝਗੜਾ ਹੋਇਆ, ਗੱਡੀ ਲੱਗੀ ਵੀ ਨਹੀਂ, ਸਾਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ, ਅਸੀਂ ਤਾਂ ਇੱਧਰੋਂ ਆ ਰਹੇ ਹਾਂ, ਜਲੰਧਰ ਤੋਂ ਆ ਰਹੇ ਹਾਂ, ਜਾ ਰਹੇ ਹਾਂ, ਬਸ ਪਹੁੰਚ ਨਹੀਂ ਪਾ ਰਹੇ, ਖੱਜਲ ਹੋ ਰਹੇ ਭਾਅ ਜੀ, ਬਹੁਤ ਜ਼ਿਆਦਾ ਖੱਜਲ। ਮੈਂ ਤਾਂ ਹੀ ਨਿਕਲ ਕੇ ਪਾ ਰਿਹਾ, ਮੈਂ ਦੇਖੀ ਕੀ ਹੈ ਕੀ ਨਹੀਂ, ਇਹ ਤਾਂ ਨਜਾਇਜ਼ ਗਲਤ ਹੈ, ਇਹ ਸਹੀ ਨਹੀਂ ਹੈਗਾ, ਇਹ ਬਹੁਤ ਗਲਤ ਹੈ, ਗੁੰਡਾਗਰਦੀ ਹੈ ਭਾਜੀ ਸਾਹਿਬ, ਗੁੰਡਾਗਰਦੀ ਹੈ, ਰੋਡ ਕਲੋਸ ਜਾਮ ਕਰ ਰੱਖੇ ਨੇ, ਉਹ ਗਲਤੀ ਹੈ। ਕਦੋਂ ਖੱਜਲ ਖਰਾਬ ਕਰਦੇ ਹੋ, ਕੱਲ ਵੀ ਖਰਾਬ ਕੀਤਾ, ਅੱਜ ਵੀ ਖਰਾਬ ਕੀਤਾ, ਘੰਟਾ ਹੋ ਚੱਲਾ ਹੈ, ਇਹ ਰੋਡ ਜਾਮ ਕੀਤਾ ਪਿਆ ਪੂਰੀ ਤਰ੍ਹਾਂ, ਹੋਰ ਕਿੱਥੇ ਖੜੇ ਹੋ, ਕਿੱਥੇ ਜਾ ਰਹੇ ਸੀਗੇ ਜੀ? ਅਸੀਂ ਅੰਮ੍ਰਿਤਸਰ ਤੋਂ ਪਟਿਆਲਾ ਜਾ ਰਹੇ ਹਾਂ। ਗਰਮੀ ਕਿੰਨੀ ਹੈ ਬੱਚੇ ਨਾਲ, ਗਰਮੀ ਕਿੰਨੀ ਹੈ, ਆ ਵੇਖੋ ਛੋਟੇ ਛੋਟੇ ਬੱਚੇ ਨੇ ਸਾਡੇ, ਕਿੰਨੀ ਗਰਮੀ ਹੈ, ਕੀ ਹਾਲ ਹੈ। ਅਸੀਂ ਕੱਲ ਵੀ ਖਰਾਬ ਸੀ, ਕੱਲ ਵੀ ਇੱਕ ਗੱਡੀ ਵਾਲੇ ਭਾਈ ਨਾਲ ਲੜਾਈ ਹੋ ਗਈ, ਕੱਲ ਬੱਸਾਂ ਨੇ ਜਾਮ ਕਰ ਦਿੱਤਾ ਵੀਰ ਜੀ, ਇਹ ਤੇ ਨਹੀਂ ਸਮਝ ਆਈ ਕਿ ਹੋਇਆ ਕੀ ਹੈ, ਪਰ ਜਨਤਾ ਤੇ ਖਰਾਬ ਹੋ ਰਹੀ ਹੈ ਨਾ, ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ, ਹੋਰ ਇੱਕ ਪਰੇਸ਼ਾਨੀ, ਉਦੋਂ ਆਮ ਪਬਲਿਕ ਪਰੇਸ਼ਾਨ ਨਹੀਂ ਹੁੰਦੀ, ਅਸੀਂ 24 ਘੰਟੇ ਰੋਡਾਂ ਤੇ ਡਿਊਟੀ ਕਰਦੇ ਆ, ਕੋਈ ਮੋਟਰਸਾਈਕਲ ਵਾਲਾ ਕੋਈ ਸਾਡੇ ਅੱਗੇ ਯਾਰ ਗੱਡੀ ਲਾ ਕੇ ਬਦਮਾਸ਼ੀ ਕਰਦਾ ਕੀ ਸਾਡੀ ਜ਼ਿੰਦਗੀ ਨਹੀਂ, ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਆ, ਕੀ ਗੱਲ, ਸਾਨੂੰ ਮੌਤ ਦਾ ਡਰ ਨਹੀਂ ਗਾ, ਹਮੇਸ਼ਾ ਵੱਡੀ ਗੱਡੀ ਵਾਲਾ ਕਦੀ ਗਲਤ ਨਹੀਂ ਹੁੰਦਾ, ਜੇ ਕੋਈ ਥੱਲੋਂ ਦੀ ਕ੍ਰੋਸ ਕਰ ਰਿਹਾ ਸਾਡੀ ਗਲਤੀ ਥੋੜੀ ਆ, ਜੋ ਗਲਤੀ ਦਾ ਅਹਿਸਾਸ ਤਾਂ ਕਰਦੇ ਨੇ ਬੰਦੇ, ਉੱਪਰ ਦੀ ਸਾਡੇ ਹੱਥੋਂ ਪਾਈ ਪੈਂਦੇ ਆ, ਉੱਪਰ ਦੀ ਡਰਾਈਵਰ ਦੇ ਕੋਲ ਆਈ ਕਾਰਡ ਨਹੀਂ ਹੈਗਾ, ਬੱਸ ਦਾ ਮੁਲਾਜ਼ਮ ਨਹੀਂ ਹੈਗਾ, ਜੇ ਬੱਸ ਵਾਲੇ ਨੂੰ ਪੁੱਛਿਆ ਕਹਿੰਦਾ ਇਹ ਛੁੱਟੀ ਕਟਾਉਣ ਆਇਆ ਜੀ, ਪ੍ਰਾਈਵੇਟ ਬੰਦਾ ਬਿਠਾਊਗਾ ਤਾਂ ਗੱਡੀ ਗਲਤ ਚਲਾਊਗਾ ਚਲਾਊਗਾ ਦੇ ਰਹੇ ਹੋ ਥਾਣੇ 'ਚ, ਅਸੀਂ ਥਾਣੇ SHO ਸਾਹਿਬ ਦੇ ਨੌਲੇਜ 'ਚ ਲਿਆਂਦੀ ਆ ਗੱਲ, ਕੰਪਲੇਂਟ ਦੇ ਰਹੇ ਹੋ, ਕੰਪਲੇਂਟ ਹੁਣ ਦੇਵਾਂਗੇ ਜੇ ਕੋਈ ਨਹੀਂ ਨਿਬੜਦਾ ਇੱਥੇ ਦਾ।